ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਮੁਲਾਕਾਤ ਕਰਨਗੇ। ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਵੇਗੀ। ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੇਂਦਰ ਦੇ ਸਾਹਮਣੇ ਆੜਤੀਆਂ ਅਤੇ ਸੈਲਰ ਮਾਲਕਾਂ ਦੇ ਮੁੱਦੇ ਰੱਖਣਗੇ, ਕਿਉਂਕਿ ਸੈਲਰ ਮਾਲਕਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਾਡੇ ਸੈਲਰਾਂ ਦੇ ਵਿੱਚ ਪੁਰਾਣਾ ਸਟਾਕ ਪਿਆ ਹੈ ਉਸ ਨੂੰ ਚੁੱਕਿਆ ਜਾਵੇ, ਸੈਲਰ ਖਾਲੀ ਕੀਤੇ ਜਾਣ ਤਾਂ ਜੋ ਅਸੀਂ ਨਵਾਂ ਸਟਾਕ ਆ ਜਿਹੜਾ ਉਹ ਸੈਲਰਾਂ ਦੇ ਵਿੱਚ ਭਰ ਸਕੀਏ। ਮੰਡੀਆਂ ਦੀ ਗੱਲ ਕਰ ਲਈਏ ਤਾਂ ਮੰਡੀਆਂ ਦੇ ਵਿੱਚ ਵੀ ਜਿਹੜਾ ਝੋਨਾ ਉਹ ਕਿਸਾਨਾਂ ਦੇ ਵੱਲੋਂ ਲਿਆਂਦਾ ਜਾ ਰਿਹਾ, ਪਰ ਝੋਨੇ ਦੀ ਲਿਫਟਿੰਗ ਆ ਜਿਹੜੀ ਉਹ ਨਹੀਂ ਹੋ ਰਹੀ। ਤਾਂ ਲਗਾਤਾਰ ਕਿਹਾ ਜਾ ਰਿਹਾ ਕਿ ਉਸ ਝੋਨੇ ਦੀ ਲਿਫਟਿੰਗ ਨੂੰ ਕਰਵਾਇਆ ਜਾਵੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਆਪਣਾ ਹੋਰ ਝੋਨਾ ਮੰਡੀਆਂ ਦੇ ਵਿੱਚ ਲਿਆ ਸਕਣ। ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਸੀ, ਜਿਸ ਕਰਕੇ ਸੀਐਮ ਮਾਨ ਨੇ ਜਿਹੜੇ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ। ਤੇ ਅੱਜ ਸੀਐਮ ਮਾਨ ਨੇ ਜਿਹੜੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਮੁਲਾਕਾਤ ਕਰਨਗੇ। ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਤਾਂ ਉਹਨਾਂ ਮੁਸ਼ਕਲਾਂ ਦੇ ਉੱਪਰ ਅੱਜ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਣੀ ਆ, ਤੇ ਕੇਂਦਰ ਦੇ ਸਾਹਮਣੇ ਸੀਐਮ ਮਾਨ ਦੇ ਵੱਲੋਂ ਸੈਲਰ ਮਾਲਕਾਂ ਅਤੇ ਆੜਤੀਆਂ ਦੇ ਮੁੱਦੇ ਨੇ ਜਿਹੜੇ ਉਹ ਰੱਖੇ ਜਾਣਗੇ। ਤਾਂ ਝੋਨੇ ਦੀ ਖਰੀਦ ਸੰਬੰਧੀ ਕੱਲ੍ਹ ਵੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਗਿਆ। ਸੜਕਾਂ ਜਾਮ ਕੀਤੀਆਂ ਗਈਆਂ, ਹਾਈਵੇ ਜਾਮ ਕੀਤੇ ਗਏ, ਰੇਲਵੇ ਟਰੈਕ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਗਏ ਸੀ, ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ। ਕਈ ਜਗ੍ਹਾ 'ਤੇ ਤਾਂ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਵੀ ਦਿਖਾਈ ਦਿੱਤਾ ਸੀ, ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ 3 ਘੰਟੇ ਦੇ ਲਈ ਹਾਈਵੇ ਰੇਲਵੇ ਟਰੈਕ ਨੇ ਜਿਹੜੇ ਉਹ ਜਾਮ ਕੀਤੇ ਗਏ ਸੀ, ਜਿਸ ਕਰਕੇ ਵੱਡੇ ਵੱਡੇ ਜਾਮ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਦੇਖਣ ਨੂੰ ਮਿਲੇ ਸੀ। ਲੋਕ ਨੇ ਜਿਹੜੇ ਉਸ ਜਾਮ ਦੇ ਵਿੱਚ ਫਸੇ ਹੋਏ ਸੀ, ਜਿਸ ਕਰਕੇ ਕਈ ਜਗ੍ਹਾ ਦੇ ਉੱਪਰ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਵੀ ਦਿਖਾਈ ਦਿੱਤਾ ਸੀ। ਤਾਂ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ ਸੀ। ਤਾਂ ਉੱਥੇ ਹੀ ਹੁਣ ਸੀਐਮ ਮਾਨ ਨੇ ਜਿਹੜੇ ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਪ੍ਰਹਲਾਦ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਕੇਂਦਰ ਦੇ ਸਾਹਮਣੇ ਆੜਤੀਆਂ ਅਤੇ ਸੈਲਰ ਮਾਲਕਾਂ ਦੇ ਮੁੱਦੇ ਨੇ ਜਿਹੜੇ ਸੀਐਮ ਮਾਨ ਦੇ ਵੱਲੋਂ ਰੱਖੇ ਜਾਣਗੇ। ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਮੁਲਾਕਾਤ ਕਰਨਗੇ। ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਵੇਗੀ। ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੇਂਦਰ ਦੇ ਸਾਹਮਣੇ ਆੜਤੀਆਂ ਅਤੇ ਸੈਲਰ ਮਾਲਕਾਂ ਦੇ ਮੁੱਦੇ ਰੱਖਣਗੇ, ਕਿਉਂਕਿ ਸੈਲਰ ਮਾਲਕਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਾਡੇ ਸੈਲਰਾਂ ਦੇ ਵਿੱਚ ਪੁਰਾਣਾ ਸਟਾਕ ਪਿਆ ਉਸ ਨੂੰ ਚੁੱਕਿਆ ਜਾਵੇ, ਸੈਲਰ ਖਾਲੀ ਕੀਤੇ ਜਾਣ ਤਾਂ ਜੋ ਅਸੀਂ ਨਵਾਂ ਸਟਾਕ ਆ ਜਿਹੜਾ ਉਹ ਸੈਲਰਾਂ ਦੇ ਵਿੱਚ ਭਰ ਸਕੀਏ। ਮੰਡੀਆਂ ਦੀ ਗੱਲ ਕਰ ਲਈਏ ਤਾਂ ਮੰਡੀਆਂ ਦੇ ਵਿੱਚ ਵੀ ਜਿਹੜਾ ਝੋਨਾ ਉਹ ਕਿਸਾਨਾਂ ਦੇ ਵੱਲੋਂ ਲਿਆਂਦਾ ਜਾ ਰਿਹਾ, ਪਰ ਝੋਨੇ ਦੀ ਲਿਫਟਿੰਗ ਆ ਜਿਹੜੀ ਉਹ ਨਹੀਂ ਹੋ ਰਹੀ। ਤਾਂ ਲਗਾਤਾਰ ਕਿਹਾ ਜਾ ਰਿਹਾ ਕਿ ਉਸ ਝੋਨੇ ਦੀ ਲਿਫਟਿੰਗ ਨੂੰ ਕਰਵਾਇਆ ਜਾਵੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਆਪਣਾ ਹੋਰ ਝੋਨਾ ਮੰਡੀਆਂ ਦੇ ਵਿੱਚ ਲਿਆ ਸਕਣ। ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਸੀ, ਜਿਸ ਕਰਕੇ ਸੀਐਮ ਮਾਨ ਨੇ ਜਿਹੜੇ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ। ਤੇ ਅੱਜ ਸੀਐਮ ਮਾਨ ਨੇ ਜਿਹੜੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਮੁਲਾਕਾਤ ਕਰਨਗੇ। ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਤਾਂ ਉਹਨਾਂ ਮੁਸ਼ਕਲਾਂ ਦੇ ਉੱਪਰ ਅੱਜ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਣੀ ਆ, ਤੇ ਕੇਂਦਰ ਦੇ ਸਾਹਮਣੇ ਸੀਐਮ ਮਾਨ ਦੇ ਵੱਲੋਂ ਸੈਲਰ ਮਾਲਕਾਂ ਅਤੇ ਆੜਤੀਆਂ ਦੇ ਮੁੱਦੇ ਨੇ ਜਿਹੜੇ ਉਹ ਰੱਖੇ ਜਾਣਗੇ। ਤਾਂ ਝੋਨੇ ਦੀ ਖਰੀਦ ਸੰਬੰਧੀ ਕੱਲ੍ਹ ਵੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਗਿਆ। ਸੜਕਾਂ ਜਾਮ ਕੀਤੀਆਂ ਗਈਆਂ, ਹਾਈਵੇ ਜਾਮ ਕੀਤੇ ਗਏ, ਰੇਲਵੇ ਟਰੈਕ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਗਏ ਸੀ, ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ। ਕਈ ਜਗ੍ਹਾ 'ਤੇ ਤਾਂ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਵੀ ਦਿਖਾਈ ਦਿੱਤਾ ਸੀ, ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ 3 ਘੰਟੇ ਦੇ ਲਈ ਹਾਈਵੇ ਰੇਲਵੇ ਟਰੈਕ ਨੇ ਜਿਹੜੇ ਉਹ ਜਾਮ ਕੀਤੇ ਗਏ ਸੀ, ਜਿਸ ਕਰਕੇ ਵੱਡੇ ਵੱਡੇ ਜਾਮ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਦੇਖਣ ਨੂੰ ਮਿਲੇ ਸੀ। ਲੋਕ ਨੇ ਜਿਹੜੇ ਉਸ ਜਾਮ ਦੇ ਵਿੱਚ ਫਸੇ ਹੋਏ ਸੀ, ਜਿਸ ਕਰਕੇ ਕਈ ਜਗ੍ਹਾ ਦੇ ਉੱਪਰ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਵੀ ਦਿਖਾਈ ਦਿੱਤਾ ਸੀ। ਤਾਂ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ ਸੀ। ਤਾਂ ਉੱਥੇ ਹੀ ਹੁਣ ਸੀਐਮ ਮਾਨ ਨੇ ਜਿਹੜੇ ਝੋਨੇ ਦੀ ਖਰੀਦ ਸੰਬੰਧੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਪ੍ਰਹਲਾਦ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਕੇਂਦਰ ਦੇ ਸਾਹਮਣੇ ਆੜਤੀਆਂ ਅਤੇ ਸੈਲਰ ਮਾਲਕਾਂ ਦੇ ਮੁੱਦੇ ਨੇ ਜਿਹੜੇ ਸੀਐਮ ਮਾਨ ਦੇ ਵੱਲੋਂ ਰੱਖੇ ਜਾਣਗੇ।